ਪੰਚਾਇਤੀ ਚੋਣਾਂ ਸੰਬੰਧੀ ਹਾਈ ਕੋਰਟ ਨੇ ਭਾਵੇਂ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ, ਪਰ ਪੰਜਾਬ ਵਿੱਚ ਮਿੱਥੇ ਸਮੇਂ ਤੇ ਹੀ ਚੋਣਾਂ ਹੋਣੀਆਂ ਤੈਅ ਨੇ। ਰਾਜ ਚੋਣ ਕਮਿਸ਼ਨ ਨੇ ਚੀਫ ਜਗਪਾਲ ਸਿੰਘ ਸੰਧੂ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਗੇ, ਪਰ ਮਾਨਯੋਗ ਅਦਾਲਤ ਨੇ ਬਾਕੀ ਚੋਣ ਪ੍ਰਕਿਰਿਆ ਤੇ ਕੋਈ ਰੋਕ ਨਹੀਂ ਲਗਾਈ। ਇਸ ਲਈ ਉਮੀਦਵਾਰਾਂ ਦੀਆਂ ਆਈਆਂ ਸ਼ਿਕਾਇਤਾਂ ਦਾ ਆਰਓਜ਼ ਯਾਨੀ ਰਿਟਰਨਿੰਗ ਆਫਿਸਰ ਵੱਲੋਂ ਨਿਪਟਾਰਾ ਕਰਨ ਤੋਂ ਬਾਅਦ ਬਾਕੀ ਦੀ ਚੋਣ ਪ੍ਰਕਿਰਿਆ ਜਾਰੀ ਰਹੇਗੀ। ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ। ਉਹਨਾਂ ਕਿਹਾ ਕਿ ਚੋਣਾਂ ਮਿੱਥੇ ਸਮੇਂ ਤੇ ਹੀ ਕਰਾਈਆਂ ਜਾਣਗੀਆਂ। ਉਹਨਾਂ ਵੀ ਕਿਹਾ ਕਿ ਜਿਹੜੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਆਰਓਜ਼ ਵੱਲੋਂ 48 ਘੰਟਿਆਂ ਦੇ ਅੰਦਰ ਅੰਦਰ ਕਰ ਦਿੱਤਾ ਜਾਏਗਾ। ਆਹ।